ਇਸ ਵਾਰ ਉਹਦੇ 'ਚ ਇੰਨਾ ਵੱਡਾ ਇਜ਼ਾਫਾ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜੋਸ਼ ਹੈ, ਉਹਨਾਂ ਦੇ ਪੇਰੈਂਟਸ ਦੇ ਵਿੱਚ ਜੋਸ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਗੁਰਮਤ ਦੇ ਕੈਂਪਾਂ ਦੇ ਵਿੱਚ ਪਾਰਟੀਸਪੇਟ ਕਰਾਉਣਾ। ਔਰ ਇਹ ਗੁਰਮਤ ਦੇ ਕੈਂਪ ਜਿੱਥੇ ਮੁੱਢਲੀ ਸ਼ਿਕਸ਼ਾ ਤੋਂ ਸ਼ੁਰੂ ਹੁੰਦੇ ਹੈ, ਉਹਨਾਂ ਨੂੰ 35 ਅੱਖਰੀ ਸਿਖਾਈ ਜਾਂਦੀ ਹੈ, ਉਸ ਤੋਂ ਬਾਅਦ ਗੁਰੂ ਇਤਿਹਾਸ ਸਿਖਾਇਆ ਜਾਂਦਾ, ਉਸ ਤੋਂ ਬਾਅਦ ਸਿੱਖੀ ਦੇ ਸਿਧਾਂਤ ਦੱਸੇ ਜਾਂਦੇ। ਇਹ ਇਸੇ ਤਰੀਕੇ ਦੇ ਨਾਲ ਜਿਹੜੀਆਂ ਕਿਤਾਬਾਂ ਤਿਆਰ ਕੀਤੀਆਂ ਗਈਆਂ ਕਿ ਤਾਂ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਜਿਹੜੀ ਹੈ ਸਿੱਖੀ ਦੀ, ਉਹ ਇਹਨਾਂ ਨੂੰ ਜ਼ਰੂਰ ਕੈਂਪਾਂ ਦੇ ਵਿੱਚ ਮੁਹੱਈਆ ਕਰਾਈ ਜਾਏ। ਆਪਣੇ ਗੁਰੂ ਇਤਿਹਾਸ ਦੇ ਨਾਲ, ਗੁਰਧਾਮ ਜਿਹੜੇ ਦਿੱਲੀ ਦੇ ਵਿੱਚ ਸਾਰੇ ਗੁਰੂ ਘਰ ਹੈਗੇ ਨੇ ਇਤਿਹਾਸਕ, ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਏ। ਇਹ ਪ੍ਰੋਗਰਾਮ ਜਿਹੜਾ ਹੈ ਇਹ ਸਾਡੀ ਧਰਮ ਪ੍ਰਚਾਰ ਵਿੰਗ ਵੱਲੋਂ ਕੀਤਾ ਜਾਂਦਾ ਹੈ। ਔਰ ਇਸ ਸਾਲ, ਪਿਛਲੇ ਸਾਲ ਤਕਰੀਬਨ 14,000 ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀ, ਇਸ ਸਾਲ ਸਾਨੂੰ ਉਮੀਦ ਹੈ ਕਿ ਇਸ ਤੋਂ ਕਈ ਗੁਣਾ ਅੱਗੇ ਜਾਏਗਾ। ਸੋ ਇਹ ਤਕਰੀਬਨ 125 ਕੈਂਪ ਜਿਹੜਾ ਹੈ ਉਹਦੀ ਸਾਨੂੰ ਅੱਜ ਮਨਜ਼ੂਰੀ ਆ ਚੁੱਕੀ ਹੈ। ਉਹਦੇ ਵਿੱਚ ਦੇਸ਼ ਦੇ ਵੱਖ ਵੱਖ ਕੋਨਿਆਂ ਦੇ ਵਿੱਚ, ਮੈਂ ਦੇਖ ਰਿਹਾ ਸੀ ਹੁਣੇ, ਪਾਨੀਪਤ ਦੇ ਵਿੱਚ 22 ਸੈਂਟਰ ਬਣਾਏ ਗਏ ਆ। ਇਸੇ ਤਰੀਕੇ ਦੇ ਨਾਲ ਕਾਨਪੁਰ ਦੇ ਵਿੱਚ ਕਈ ਸੈਂਟਰ ਬਣ ਰਹੇ ਆ, ਆਗਰਾ ਦੇ ਵਿੱਚ, ਬੁਲੰਦਸ਼ਹਿਰ, ਬਰੇਲੀ, ਰਾਏਪੁਰ, ਛੱਤੀਸਗੜ੍ਹ, ਮੈਨੂੰ ਹੁਣੇ ਬਿਹਾਰ ਦੀ ਗੱਲ ਦੱਸ ਰਹੀ ਸੀ ਕਿ ਪਟਨਾ 'ਚ ਵੀ ਉੱਥੇ ਰੱਖਿਆ ਜਾ ਰਿਹਾ, ਲੁਧਿਆਣਾ, ਅਲਵਰ, ਝਾਰਖੰਡ, ਅਰੁਣਾਚਲ ਪ੍ਰਦੇਸ਼ ਵਰਗੀ ਜਗ੍ਹਾ ਦੇ ਉੱਤੇ ਵੀ ਅਸੀਂ ਔਨਲਾਈਨ ਕਲਾਸਿਸ ਦੇ ਕੇ ਕੈਂਪ ਲਾ ਰਹੇ ਹਾਂ। ਸੋ ਮੈਂ ਸਮਝਦਾ ਦੇਸ਼ ਦਾ ਕੋਈ ਐਸਾ ਕੋਨਾ ਨਹੀਂ ਹੈ ਜਿਹਦੇ ਵਿੱਚ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੀ ਜਿਹੜੀ ਮੁਹਿੰਮ ਜਿਹੜੀ ਦਿੱਲੀ ਕਮੇਟੀ ਨੇ ਸ਼ੁਰੂ ਕੀਤੀ ਹੋਈ ਹੈ ਉਹ ਅੱਜ ਕੋਨੇ ਕੋਨੇ ਤੱਕ ਪਹੁੰਚ ਰਹੀ ਹੈ। ਸਾਨੂੰ ਖੁਸ਼ੀ ਵੀ ਹੈ ਕਿਉਂਕਿ ਕੰਮ ਕਰਨ ਦਾ ਮਜ਼ਾ ਵੀ ਤਦ ਆਉਂਦਾ, ਉਹਦੇ ਵਿੱਚ ਜੋਸ਼ ਵੀ ਤਦ ਭਰਦਾ ਕਿ ਜਦ ਸੰਗਤ ਦਾ ਉਪਰਾਲਾ ਉਹਦੇ ਵਿੱਚ ਨਾਲ ਹੋਵੇ, ਸੰਗਤ ਬਹੁਤ ਵੱਧ ਚੜ੍ਹ ਕੇ ਇਹਦੇ ਵਿੱਚ ਪਾਰਟੀਸਪੇਟ ਕਰਦੀ ਹੈ। ਔਰ ਅੱਜ ਬੱਚੇ 2 ਮਹੀਨੇ ਦੀ ਜਿਹੜੀਆਂ ਛੁੱਟੀਆਂ ਹੁੰਦੀਆਂ ਗਰਮੀਆਂ ਦੇ ਵਿੱਚ, ਉਹਦੇ ਵਿੱਚ ਖੇਲ ਕੁੱਦਾਂ ਤੋਂ ਪਿੱਛੇ ਹਟ ਕੇ, ਟੀਵੀਆਂ ਤੋਂ ਹਟ ਕੇ, ਵੀਡੀਓ ਗੇਮਸ ਤੋਂ ਪਿੱਛੇ ਹਟ ਕੇ ਵੇਟ ਕਰਦੇ ਨੇ ਕਿ ਅਸੀਂ ਇਸ ਕੈਂਪਾਂ ਦਾ ਹਿੱਸਾ ਬਣੀਏ, ਕੈਂਪਾਂ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਔਰ ਫਿਰ ਉਸ ਕੈਂਪਾਂ 'ਚ ਦਿੱਤੀ ਗਈ ਜਿਹੜੀ ਪੜ੍ਹਾਈ ਹੈ ਉਹਨੂੰ ਯਾਦ ਕਰਦੇ ਆ। ਔਰ ਜਿਹੜੀ ਇਸ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਜਿਹੜੀ ਸ਼ਿਕਸ਼ਾ ਉਹਨਾਂ ਦੇ ਦਿਲੋਂ ਦਿਮਾਗ 'ਚ ਪੈ ਜਾਏਗੀ, ਮੈਨੂੰ ਲੱਗਦਾ ਸਾਰੀ ਉਮਰ ਉਹਨਾਂ 'ਚੋਂ ਉਹਨਾਂ ਬਾਹਰ ਨਹੀਂ ਨਿਕਲੇਗੀ ਔਰ ਉਹ ਬੱਚੇ ਆਪਣੇ ਗੁਰਸਿੱਖੀ ਜੀਵਨ 'ਚ ਰਹਿਣਗੇ। ਸੋ ਇਹ ਇੱਕ ਕੈਂਪ ਦੇ ਨਾਲ ਕਈ ਵੱਡੇ ਉਦੇਸ਼ ਪੂਰੇ ਹੁੰਦੇ ਨੇ। ਉਹਦੇ ਵਿੱਚ ਸਾਡੇ ਬੱਚੇ ਜਿਹੜੇ ਗੁਰਮੁਖੀ ਦੇ ਨਾਲ ਜੁੜਦੇ ਆ, ਉਹ ਗੁਰਸਿੱਖੀ ਦੇ ਨਾਲ ਜੁੜੇ ਰਹਿੰਦੇ ਆ। ਔਰ ਜਿਹੜਾ ਮੈਂ ਸਮਝਦਾ ਗੁਰਸਿੱਖੀ ਦੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ, ਉਹ ਕਦੀ ਨਸ਼ੇ ਵੱਲ ਨਹੀਂ ਜਾ ਸਕਦਾ, ਉਹ ਕਦੀ ਫਤਿਹਪੁਰੇ ਵੱਲ ਨਹੀਂ ਜਾ ਸਕਦਾ। ਸੋ ਇਹ ਇੱਕ ਉਪਰਾਲੇ ਦੇ ਨਾਲ ਕਈ ਸਾਰੇ ਜਿਹੜੇ ਨਿਸ਼ਾਨੇ ਪੂਰੇ ਹੁੰਦੇ ਨੇ। ਸੋ ਮੈਂ ਪੂਰੀ ਕਮੇਟੀ ਨੂੰ ਵਧਾਈ ਦਿੰਦਾ, ਧਰਮ ਪ੍ਰਚਾਰ ਵਿੰਗ ਨੂੰ ਵਧਾਈ ਦਿੰਦਾ ਔਰ ਉਹਨਾਂ ਵਲੰਟੀਅਰਸ ਨੂੰ ਵਧਾਈ ਦਿੰਦਾ ਜਿਨ੍ਹਾਂ ਦੇ ਬਿਨਾਂ ਇਹ ਕਾਰਜ ਮੁਮਕਿਨ ਨਹੀਂ ਹੋ ਸਕਦੇ। ਹਰ ਜਗ੍ਹਾ ਦੇ ਉੱਤੇ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਵਲੰਟੀਅਰਸ ਵੀ ਨਾਲ ਪਾਰਟੀਸਪੇਟ ਸ਼ੁਰੂ ਹੋ ਗਏ ਨੇ। ਮੈਂ ਸਮਝਦਾ ਕਿ ਹਰ ਇੱਕ ਬੰਦੇ ਦਾ ਆਪਣਾ ਇਹ ਫਰਜ਼ ਬਣਦਾ ਔਰ ਇਹ ਜਿਹੜਾ ਕੰਮ ਹੈ 1 ਜੂਨ ਤੋਂ ਲੈ ਕੇ 21 ਜੂਨ ਤੱਕ ਇਹ ਕੈਂਪ ਲਾਏ ਜਾਣਗੇ। 22 ਔਰ 23 ਤਰੀਕ ਨੂੰ ਗੁਰਦੁਆਰਾ ਲੱਕੀ ਸ਼ਾਹ ਵਿਖੇ, ਲੱਕੀ ਸ਼ਾਹ ਵਣਜਾਰਾ ਹਾਲ ਵਿਖੇ ਇਹਦਾ ਜਿਹੜਾ ਕਲੋਜ਼ਿੰਗ ਸੈਰੇਮਨੀ ਹੋਏਗੀ। ਉੱਥੇ ਬੱਚਿਆਂ ਨੂੰ ਇਨਾਮ ਵੰਡ ਪ੍ਰੋਗਰਾਮ ਰੱਖੇ ਜਾਣਗੇ, ਉਹਨਾਂ ਨੂੰ ਪਾਰਟੀਸਪੇਸ਼ਨ ਦੇ ਸਰਟੀਫਿਕੇਟ ਦਿੱਤੇ ਜਾਣਗੇ ਤਾਂ ਕਿ ਬੱਚੇ ਜਿਹੜੇ ਹੈ ਇਹਦੇ ਵਿੱਚ ਵੱਧ ਚੜ੍ਹ ਕੇ ਅਗਲੇ ਸਾਲ ਹੋਰ ਹਿੱਸਾ ਪਾ ਸਕਣ। ਹਾਂਜੀ, ਕੈਂਪੋ ਕੇ ਅਗਰ ਬਾਤ ਕਰੇ ਤਾਂ ਕਿੰਨਾ ਜ਼ਰੂਰੀ ਹੈ ਕੈਂਪ? ਜ਼ਰੂਰੀ, ਇਸ ਤੋਂ ਜ਼ਰੂਰੀ, ਇਹ ਤੋਂ ਜ਼ਰੂਰੀ ਕੰਮ ਹੋਰ ਕੋਈ ਨਹੀਂ ਹੋ ਸਕਦਾ। ਜਦੋਂ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਹਰ ਕੋਈ ਕਹਿੰਦਾ ਕਿ ਸਾਨੂੰ ਮਾਣ ਹੈ ਸਿੱਖ ਹੋਣ 'ਤੇ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਵੀ ਇਹ ਗੱਲ ਕਹਿਣ ਕਿ ਸਾਨੂੰ ਮਾਣ ਹੈ ਸਿੱਖ ਹੋਣ 'ਤੇ, ਤਾਂ ਸਿੱਖੀ ਦੇ ਇਤਿਹਾਸ ਦੀ ਜਾਣਕਾਰੀ ਬੱਚਿਆਂ ਨੂੰ ਇਸੇ ਉਮਰ ਦੇ ਵਿੱਚ ਦੇਣੀ ਪਵੇਗੀ, ਕਿਉਂਕਿ ਛੋਟੇ ਬੱਚੇ ਜਿਹੜੇ ਹੁੰਦੇ ਨੇ ਜਲਦੀ ਸਿੱਖ ਲੈਂਦੇ ਨੇ। ਇਸ ਕਰਕੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਇਹ ਸੁੰਦਰ ਇਤਿਹਾਸ, ਪੰਜਾਬੀ 35 ਅੱਖਰੀ ਦੇ ਬੋਲ ਉਹਨਾਂ ਦੇ ਦਿਲਾਂ ਦੇ ਵਿੱਚ ਵਸਾਉਣ ਦੇ ਵਾਸਤੇ ਕੈਂਪ ਡਿਜ਼ਾਇਨ ਕੀਤੇ ਗਏ ਨੇ। ਮੈਂ ਸਾਰਿਆਂ ਮਾਤਾ ਪਿਤਾਵਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ, ਸਾਰਿਆਂ ਗੁਰਦੁਆਰਿਆਂ ਦੀ ਕਮੇਟੀਆਂ ਨੂੰ, ਸਾਰੇ ਵਲੰਟੀਅਰਸ ਨੂੰ ਮੈਂ ਬੇਨਤੀ ਕਰਦਾ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਇਹਨਾਂ ਕੈਂਪਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ ਸਜਾਓ ਤਾਂ ਕਿ ਤੁਹਾਡੇ ਬੱਚੇ ਵੱਡੇ ਹੋ ਕੇ ਇਹ ਗੱਲ ਕਹਿਣ ਸਕਣ ਕਿ ਮੈਨੂੰ ਮਾਣ ਹੈ ਸਿੱਖ ਹੋਣ 'ਤੇ। ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਇਸ ਵੇਲੇ
ਬੜੀ ਤਨਦੇਹੀ ਦੇ ਨਾਲ ਬੜੇ ਚਾਅ ਦੇ ਨਾਲ ਆਪਣੇ ਬੱਚਿਆਂ ਨੂੰ ਸਿਖਾਓਗੇ। ਬੱਚਿਆਂ ਨੂੰ ਮਾਣ ਮਹਿਸੂਸ ਹੈ ਕਹਿਣ ਵਾਸਤੇ, ਜੇ ਤੁਹਾਡੇ ਅੰਦਰ ਮਾਣ ਹੈ ਤਾਂ ਤੁਸੀਂ ਕਿਸੇ ਦੇ ਅੰਦਰ ਇਹ ਮਾਣ ਭਰ ਸਕਦੇ ਹੋ, ਅਦਰਵਾਈਜ਼ ਨਹੀਂ ਭਰ ਸਕਦੇ। ਜੇ ਤੁਹਾਡੇ ਅੰਦਰ ਸਿੱਖੀ ਦੇ ਨਾਲ ਪਿਆਰ ਹੈ ਤਾਂ ਤੁਸੀਂ ਬੱਚਿਆਂ ਦੇ ਵਿੱਚ ਪੈਦਾ ਕਰ ਸਕਦੇ ਹੋ, ਅਤੇ ਕੋਸ਼ਿਸ਼ ਕਰੋ। ਥੋੜ੍ਹਾ ਜਿਹਾ ਟਾਈਮ ਹੈ, 20 ਦਿਨ ਦਾ ਸਮਾਂ ਮਿਲਦਾ ਕੇਵਲ, 20 ਦਿਨ ਦੇ ਵਿੱਚ ਬੱਚਿਆਂ ਨੂੰ ਇਹੋ ਜਿਹਾ ਦਾਨ ਦੇ ਦਈਏ ਵਿੱਦਿਆ ਦਾ, ਜਿਹੜਾ ਸਾਰੀ ਉਮਰ ਉਹਨਾਂ ਨੂੰ ਫਾਇਦਾ ਦੇਵੇਗਾ। ਵਿਰਾਸਤ ਦੇ ਵਿੱਚ ਦਿੱਤੀ ਹੋਈ ਕੋਠੀ ਖੁੱਲ ਸਕਦੀ ਹੈ, ਕਾਰ ਵਿਕ ਸਕਦੀ ਹੈ, ਭਲਵਾਨ ਬਣਾ ਦਿਓਗੇ, ਬੱਚੇ ਦੀ ਸਿਹਤ ਖਰਾਬ ਹੋ ਸਕਦੀ ਹੈ, ਮਗਰ ਜੇ ਤੁਸੀਂ ਇਹ ਵਿੱਦਿਆ ਬੱਚੇ ਨੂੰ ਦੇ ਦਿਓਗੇ, ਸਾਰੀ ਜ਼ਿੰਦਗੀ ਅਖੀਰੀ ਸਾਹ ਤੱਕ ਉਸਨੂੰ ਉਹਦਾ ਫਾਇਦਾ ਲੈਂਦਾ ਰਹੇਗਾ, ਅਤੇ ਤੁਹਾਨੂੰ ਉਸ ਵੇਲੇ ਅਸਲ ਦੇ ਵਿੱਚ ਸਹੀ ਮਾਂ ਬਾਪ ਹੋਣ ਦੀ ਖੁਸ਼ੀ ਮਹਿਸੂਸ ਹੋਵੇਗੀ। ਤੋ ਸਹੀ ਮਾਂ ਬਾਪਾਂ ਦਾ ਫਰਜ਼ ਨਿਭਾਈਏ, ਆਪਣੇ ਬੱਚਿਆਂ ਨੂੰ ਆਪਾਂ ਇਹਨਾਂ ਕੈਂਪਾਂ ਦੇ ਵਿੱਚ ਜ਼ਰੂਰ ਭੇਜੀਏ, ਲਾਜ਼ਮੀ ਭੇਜ ਕੇ ਇਹ ਵਿੱਦਿਆ ਦਾ ਦਾਨ ਬੱਚਿਆਂ ਨੂੰ ਆਪਾਂ ਜ਼ਰੂਰ ਦਈਏ, ਤਾਂ ਕਿ ਸਾਨੂੰ ਗੁਰੂ ਸਾਹਿਬਾਂ ਦੀ ਖੁਸ਼ੀ ਮਿਲੂਗੀ, ਅਤੇ ਫਿਰ ਉਦੋਂ ਆਪਾਂ ਸਾਰੇ ਚਾਅ ਦੇ ਨਾਲ ਕਵਾਂਗੇ ਕਿ ਸਾਨੂੰ ਮਾਣ ਸਿਖਾਉਣ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।